कहते रहने दो माँ शकलां दसन काले हैं तो क्या हुआ दिल वाले हैं। हेलो एवरीवन ते सत श्री अकाल जी सारयां नूं वेलकम टू अवर यूट्यूब चैनल किंग एंड क्वीन। किदां जी की हालचाल सारयां दे? वधिया, पर साडे हालचाल थोड़े जे ढिल्ले आ क्योंकि तेंदर लगातार राइड करन दे नाल बॉडी पेन कर रही है, बॉडी साथ नहीं दे रही। राती भी मैं इदां ही आके इत्थे डिग गई, इदां ही सौ गई। मैनूं नहीं पता भी अमृत कदों सुते आ, कदों उहनां ने वीडियो एडिट कीती, कदों सवेरे उहनां ने वीडियो अपलोड कीती, मैनूं कोई आइडिया नहीं। मेरे 10:30 मे भी जा खुली होणी आ, उठ के मैं कहा चलो मम्मा ने थोड़ा जा काम करा लीए, भी हेल्प करा दिए। 3 दिन हो गया लगातार आप ही काम कर रहे हैं, पर बॉडी ने मेरा साथ नहीं दिता, मैं फिर ऐदा ही सो गई। उस तो बाद जो मेरी जाग खुली टाइम देखा तो 2:30 बज गया। ओ माई गॉड, मैनू अपने आप से हैरानी हो रही थी भी इन्ना टाइम मैं किदा सुती रही हूँ। पर मैं देखा मैनू अमृत भी नहीं कितने दिसे अपने लागे छागे। मैं मम्मा ने पूछा, मैं मम्मा भी अमृत कितने गए? मम्मा कहते भी जग्गी का फोन आया सी, भी वह कितने गए आ। मैं कहा चलो ऑल राइट, कोई नहीं, कोई ना कोई काम होना आया तो आप जी ने फोन किया होना, उत्थे नू गए आ। चल मन करो फ्रैश हो, थोड़ा पानी पुनी पी, कुछ नहीं खादा पीता सवेर का। कल की जी रोटी खाधी और रात की उही खाधी हो, दो बार ऐदा ही सुती पई हाँ। कोई मैं आइडिया नहीं घर च की होया की नहीं होया, हुण देखदे आ जाके। चलो चलदे आ, पहला उठ के पानी पीने आ, फिर करदे आ और गल्लां बातां। ठंड पै गई। मम्मा हुणी तां ब्रेकफास्ट भी कर लिया, लंच भी कर लिया, पर मैं हले दिला नहाती भी नहीं, फ्रैश भी नहीं हुई। हुण पहला फ्रैश हो लईए, फेस वगैरा सारा कुछ सुधार लईए, फिर मिलदे आ तुहानूं। आपां हुण नहा लिया ते रेडी हो गए आ। मन्ने आ गए, किथे गए सी? गए किथे नूं सी? मैं गया ही जग्गी बाजी नाल पिंड, अपनी भाभी उहनां ने प्रोग्राम कराया तीआं दा। झूठे नहीं जिहड़े झूठदियां नीआं कुड़ियां, झूठे ਤਸਵੀਰ ਲਾਈ ਹੋ ਸੀਗੀ, ਥੋੜਾ ਟਾਈਮ ਉੱਥੇ ਬੈਠਾ, ਪਰ ਧੁੱਪ ਬਹੁਤ ਆ ਯਾਰ। ਮੇਰਾ ਤਾਂ ਧੁੱਪ ਤੋਂ ਨਾ ਯਕੀਨ ਜੇ ਉੱਠ ਗਿਆ, ਜਦੋਂ ਮੈਨੂੰ ਸੂਰਜ ਚੰਗਾ ਨਹੀਂ ਲੱਗਦਾ। ਹਾਏ ਸੱਚੀ, ਰੰਗ ਦਾ ਦੇਖ ਯਾਰ ਕੀ ਬਣਾਤਾ ਸਾਲਾ, ਜਮੀਕੀ ਆ ਜੇ, ਜਦੋਂ ਜਮੀਕੀ ਨੇ ਪਰਨਾ ਬੰਨਿਆ ਹੁੰਦਾ। ਜਮੀਕੀ ਆ, ਮੇਰਾ ਹਾਲ ਦੇਖਿਆ ਕੀ ਬਣਿਆ ਆ। ਏਦਾਂ ਯਾਰ ਮੈਂ ਕੋ ਖਾਦਾ ਨਹੀਂ, ਉੱਥੇ ਪਾਣੀ ਪੂਣੀ ਪੀ ਕੇ ਢਿੱਡ ਭਰਿਆ ਪਿਆ। ਤੂੰ ਮੈਨੂੰ ਮਿੱਠੇ ਵਾਲੇ ਨਾ ਦੋ ਪਰੌਂਠੇ ਲਾ ਦੇ। ਹਾਏ ਮਿੱਠੇ ਵਾਲੇ ਪਰੌਂਠੇ ਖਾਣੇ, ਖਾਕਾ ਕੇ ਰੱਜੇ ਨਹੀਂ ਬਾਹਰ ਲਾ। ਬਾਹਰ ਲਾ ਕੇ ਉਹ ਤਾਂ ਘਰ ਦੇ ਆ, ਮਿੱਠਾ ਵੀ ਘਰ ਦਾ ਆ। ਅੱਗੇ ਪਤਾ ਕਿੰਨੀ ਕੈਲਰੀ ਆ, ਹਲੇ ਮੈਨੂੰ ਕਹਿੰਦੇ ਹੁੰਦੇ ਮੋਟੀ ਹੋ ਜਾਣਾ। ਮੈਂ ਤਾਂ ਹੈਗਾ ਫਾਕੜ ਜਿਹਾ, ਮੈਂ ਤਾਂ ਪਤਲਾ ਹੋ ਗਿਆ, ਹੋਰ ਮੈਨੂੰ ਤਾਂ ਕੈਲਰੀਆਂ ਸਮਝ ਜ਼ਿਆਦਾ ਚਾਹੀਦੀਆਂ, ਤੈਨੂੰ ਨਹੀਂ ਚਾਹੀਦੀ। ਤੂੰ ਆਪਣੇ ਲਈ ਨਾ ਬਣਾਈ, ਆਪਣੇ ਲਈ ਤੂੰ ਸਿਰਫ ਰੋਟੀ ਖਾ ਲੈ ਤੇ ਖਾਣੀ ਆ। ਮੈਂ ਦਿਲ ਹੀ ਨਹੀਂ ਕਰਦਾ ਮੇਰਾ, ਮੈਂ ਤੁਹਾਲੇ ਬਣਾ ਲੈਣੀ, ਮੇਰਾ ਖਾਣ ਨੂੰ ਵੀ ਨਹੀਂ ਦਿਲ ਕਰ ਰਿਹਾ ਸੱਚੀ ਕੁੜੀ। ਅੱਛੀ ਥੱਕ ਹੋਇਆ ਪਿਆ ਬੁਰਾ। ਮੈਂ ਕਰਾਂ 5-6 ਦਿਨ ਨਾ ਕਮਰੇ 'ਚ ਰਹਿ, ਮੇਰਾ ਦੇਖਣ ਨੂੰ ਜੀ ਨਹੀਂ ਕਰਦਾ ਤੇਰੇ ਨੂੰ। ਕਿੱਦਾਂ ਦੀ ਹੈ ਤੂੰ? ਹਾਏ ਤੁਸੀਂ ਆ ਗੱਲਾਂ ਕਹੀ ਜਾਂਦੇ, ਬਾਕੀਆਂ ਨੇ ਕੀ ਕਹਿਣਾ ਆ? ਤੂੰ ਆ ਆਪਣੇ ਨਾ ਪੁਰਾਣੀ ਯਾਰ ਕੀ ਹੋ ਗਈ, ਜਿੱਦਾਂ ਪਹਿਲਾਂ ਨਹੀਂ ਸੀਗੀ ਉਹ ਕਾਲੀ ਕਰੂਟੀ। ਪਤਾ ਕੀ ਗੱਲ ਆ, 2 ਦਿਨ ਹੀ ਦੂਜਾ ਰਿਹਾ ਆ। ਇਹ ਗੱਲ ਤਾਂ ਗਈ ਆਪਣੀ, ਮੈਂ ਇੰਨੀ ਵੀ ਨਹੀਂ ਮਾੜੀ ਹੈਗੀ। ਲੈ ਤਾਂ ਇਹ ਇਹਦਾ ਅਸਰ ਹੈ, ਇਹਦਾ ਆਦੇ ਇਹਨੂੰ ਮੈਂ ਲਾਦਾ ਲਾਇਆ ਅੱਜ ਲਾਇਆ ਨੀ ਲਾਇਆ ਨਹੀਂ ਲਾਇਆ ਸਵੇਰੇ ਤਾਂ ਕਿੰਨੀ ਕਾਲੀ ਸੀਗੀ। ਨਹੀਂ ਲਾਇਆ, ਨਹੀਂ ਲਾਇਆ, ਲਾ ਦੇਖ ਲਾ। ਆ ਦੇ ਇਹਨੇ ਲਾਇਆ ਅੱਜ, ਉਹ ਜਿਹੜੀ ਟਚਿੰਗ ਟਚਿੰਗ ਬੁੱਡਿੰਗ ਵਾਲਾ ਨਹੀਂ ਹੁੰਦਾ ਕੰਮ। ਟਚਿੰਗ ਬੁੱਡਿੰਗ ਕੀ? ਟਚਿੰਗ ਵਾਲਾ ਕੰਮ ਹੁੰਦਾ, ਇਹਨੇ ਲਾਇਆ ਅੱਜ। ਨਹੀਂ ਲਾਇਆ ਸੱਚੀ, ਪਰੌਂਠੇ ਬਣਾ ਦੇ। ਆ ਤੁਸੀਂ ਸਾਂਭੋ ਕੈਮਰਾ, ਤੁਹਾਨੂੰ ਬਣਾ ਕੇ ਦੇ ਦੇਣੇ। ਮੈਂ ਕਿ ਮੇਰਾ ਖਾਣ ਨੂੰ ਦਿਲ ਨਹੀਂ ਕਰ ਰਿਹਾ, ਮੇਰੀ ਬਸ ਹੋਈ ਪਈ ਆ। ਹੋਰ ਸੁਣਾਓ ਜੀ, ਕਿੱਦਾਂ ਹਾਲ ਚਾਲ? ਸਾਡੇ ਹਾਲ ਚਾਲ ਤਾਂ ਤੁਸੀਂ ਦੇਖ ਲਿਆ ਨਾ, ਸਾਰੀ ਰਾਤ ਇਹ ਤਾਂ ਨਾ ਆਪ ਆਉਂਦੀ ਆ ਵੀਡੀਓ ਚ ਆਈ, ਬਣਾਈ ਬਣਾ ਕੇ ਸੌ ਗਈ ਸਾਰੀ ਰਾਤ, ਲੱਗਾ ਰਿਹਾ ਪਹਿਲਾਂ ਵੀਡੀਓ ਵੱਲ ਨੂੰ, ਫਿਰ ਉਹਨੂੰ ਅਪਲੋਡ ਕੀਤਾ ਸਵੇਰੇ, ਨੀਂਦ ਫਿਰ ਨਹੀਂ ਚੱਜ ਨਾ ਆਈ। ਤੇ ਭਾਬੀ ਉਹਨਾਂ ਦੇ ਘਰੇ ਹੀ, ਸਾਡੇ ਭਾਬੀ ਹੋਣੀ ਆ ਖੂਹ ਵਾਲੇ, ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਸਵੇਰੇ, ਭਾਬੀ ਉਹਨਾਂ ਦੀ ਕਾਲ ਆਈ ਤੇ ਜੱਗੀ ਭਾਜੀ ਉਹਨਾਂ ਦੀ ਕਾਲ ਆਈ ਤੇ ਫਿਰ ਉੱਥੇ ਗਿਆ ਤੇ ਥੋੜਾ ਟਾਈਮ ਹੀ ਰਿਹਾ। ਥੋੜਾ ਟਾਈਮ ਰਹਿਣ ਤੋਂ ਬਾਅਦ ਮੈਂ ਕਿਹਾ ਘਰ ਨੂੰ ਚੱਲੀਏ ਰੋਟੀ ਪਾਣੀ ਖਾਈਏ, ਤੇ ਹੁਣ ਮੇਰਾ ਸੌਣ ਨੂੰ ਜੀ ਕਰਦਾ ਤੇ ਹੁਣ ਮੈਂ ਰੋਟੀ ਪਾਣੀ ਖਾ ਕੇ ਸੌਂਗਾ ਤੇ ਗਾਹਾਂ ਕੰਟੀਨਿਊ ਰੱਖੂਗੀ ਬਲੌਗ ਨੂੰ। ਮਨ ਕਰੇ ਕੱਲ ਨਾਲੇ ਹੈ, ਜਦੋਂ ਅਸੀਂ ਘਰ ਆਏ, ਘਰ ਆ ਕੇ ਹਲੇ ਬੈਠੇ ਹੀ ਸੀਗੇ, ਬੱਬੂ ਆਇਆ। ਬੱਬੂ ਕਹਿੰਦਾ ਭਾਬੀ ਆ ਗਏ। ਮੈਂ ਕਿਹਾ ਹਾਂ ਭਰਾਵਾ ਅਸੀਂ ਆ ਗਏ। ਫਿਰ ਥੋੜੇ ਟਾਈਮ ਬਾਅਦ ਗੱਲਾਂ ਗੁੱਲਾਂ ਕਰਕੇ ਫੇਰ ਕਹਿੰਦਾ ਭਾਬੀ ਤੁਸੀਂ ਅਗਲੇ ਸੰਡੇ ਫੇਰ ਚੱਲ ਜਿਓ ਰਾਈਡ ਤੇ। ਉਹ ਮੈਂ ਕਿਹਾ ਭਰਾਵਾ ਬਸ ਕਰ, ਹਲੇ ਖੱਲੀਆਂ ਪਈਆਂ ਸਹੀ ਨਹੀਂ ਹੋਈਆਂ, ਆ ਕੇ ਬੈਠੇ ਆ, ਤੂੰ ਸਾਨੂੰ ਹੋਰ ਰਾਈਡ ਤੇ ਭੇਜਣ ਲੱਗਾ ਆ। ਮੈਂ ਕਿਹਾ ਹਾਂ, ਪਰ ਇੱਕ ਗੱਲ ਹੈ, ਅਗਰ ਸਾਨੂੰ ਸਾਡੀ ਯੂਟਿਊਬ ਫੈਮਿਲੀ ਕਹੂਗੀ, ਕਮੈਂਟ ਕਰਨਗੇ ਵੀ ਉਹ ਰਾਈਡ ਹੋਰ ਦੇਖਣੀ ਚਾਹੁੰਦੇ ਆ, ਤਾਂ ਅਸੀਂ ਜ਼ਰੂਰ ਰਾਈਡ ਕਰਾਂਗੇ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਪਰ ਪਲੇਨ ਦੀ ਨਹੀਂ, ਪਲੇਨ ਦੀ ਰਾਈਡ ਤਾਂ ਹਲੇ ਅਸੀਂ ਨਹੀਂ ਕਰ ਸਕਦੇ। ਸ਼ਾਬਾਸ਼, ਇੰਨਾ ਕੁ ਤਾਂ ਬਣਦਾ, ਤੁਸੀਂ ਇੰਨਾ ਕਸ਼ਟ ਕਰਦੇ ਆ, ਰਾਤਾਂ ਜਾਗ ਜਾਗ ਕੇ ਐਡਿਟ ਕਰਦੇ ਆ। ਤੁਹਾਨੂੰ ਪਤਾ ਮੇਰੀ ਉਂਗਲੀਆਂ ਸੁੰਨ ਹੋ ਗਈਆਂ ਆ। ਸੁੰਨ ਕਿੱਦਾਂ? ਆਹ ਆ ਚੀਚੀ ਨਾਲ ਦੀ, ਇਧਰੋਂ ਤੇ ਚੀਚੀ, ਇਧਰੋਂ ਵੀਆਂ ਦੋਨੋਂ, ਉਹ ਇਦਾਂ ਹੈਂਡਲ ਫੜਨ ਦੇ ਨਾਲ ਨਾ ਆ ਤਾਂ ਸਹੀ ਰਹੀਆਂ, ਆਹ ਦੋਨੋਂ ਉਂਗਲਾਂ ਤੇ ਗੁੱਠੇ ਸਹੀ ਰਹੇ, ਆ ਹੁਣ ਸੁੰਨ ਹੋ ਗਈ। ਜਦੋਂ ਕੋਈ ਕੰਮ ਕਰਦੀ ਆ ਚੱਲਦੀਆਂ ਨਹੀਂ, ਚੱਲਦੀਆਂ ਤਾਂ ਹੈਲਦੀਆਂ ਤਾਂ ਹੈ, ਹੈਲਦੀਆਂ ਆ। ਮੈਂ ਇਦਾਂ ਨਹੀਂ ਕਹਿੰਦੀ ਜਿੱਦਾਂ ਸੁੰਨ ਨਹੀਂ ਹੋ ਜਾਂਦੀ ਹੁੰਦੀ, ਕੀੜੀਆਂ ਲੜਦੀਆਂ ਹੁੰਦੀਆਂ ਉਦਾਂ ਹੋਈਆਂ, ਪਕੜ ਨਹੀਂ ਪੂਰੀ ਬਣਦੀ। ਦਰਦ ਨਹੀਂ ਹੁੰਦਾ? ਦਾਦ ਕੁੱਟਾ ਕੁੱਟ ਕੇ ਦੇਖ ਲਾ, ਚਾਹੇ ਕੁੱਟ ਲਾ, ਚਾਹੇ ਹੋਰ। ਇਹਦਾ ਮਾੜਾ ਦਰਦ ਨਹੀਂ ਹੁੰਦਾ? ਨਹੀਂ ਹੁੰਦਾ, ਉਹ ਸੱਚੀ ਨਹੀਂ ਹੁੰਦਾ ਲੈ। ਤੇ ਇਹ ਤਾਂ ਫਿਰ ਗਲਤ ਗੱਲ ਹੈ, ਇਹ ਤਾਂ ਫਿਰ ਦੂਜੀਆਂ ਟੁੱਟ ਕੇ ਡੈਪਣੀਆਂ, ਇਸ ਉਹਨਾਂ ਦੇ ਉਂਗਲੀ ਨੂੰ ਪਤਾ ਨਹੀਂ ਲੱਗਦਾ।
ਪੈਰਾਲਾਈਜ਼ ਵਾਂਗੂ ਹੋ ਗਿਆ, ਪਤਾ ਨੀ ਕਾਹਤੇ ਏਦਾਂ ਹੋਇਆ ਆ। ਹਾਏ ਯਾਰ ਪੱਟ ਬਹੁਤ ਜ਼ਿਆਦਾ ਦੱਸਦੇ। ਓਹ ਮੈਂ ਫਿਰ ਪਹਿਲਾਂ ਮਾਲਿਸ਼ ਕਰਾ ਲਵਾਂ ਨਾ, ਹੁਣ ਮਾਲਿਸ਼ ਕਰਾਉਣ ਤੋਂ ਬਾਅਦ ਬਾਅਦ ਚ ਮੈਂ ਨਿਕਲ ਰਿਹਾ ਸਾਈਕਲ। ਇਹ ਹਨੇਰੀ ਚੱਲ ਰਹੀ ਆ, ਮੌਸਮ ਠੰਡਾ ਹੋ ਗਿਆ, ਵਧੀਆ ਠੰਡਾ ਹੋ ਗਿਆ ਸਾਡਾ ਤਾਂ। ਅੱਗੇ ਸਾਲਾ ਇੱਦਾਂ ਲੱਗਦਾ ਕਿ ਅਸੀਂ ਤੰਦੂਰ 'ਚ ਲੱਗੇ ਹੋਏ। ਪਹਿਲਾਂ ਨਹਾ ਲਈਏ ਅਤੇ ਨਹਾਉਣ ਤੋਂ ਬਾਅਦ ਫੇਰ ਗੱਲਾਂ ਬਾਤਾਂ ਕਰਦੇ। ਓਕੇ, ਮਾਲਿਸ਼ ਵਗੈਰਾ ਕਰਾਉਣ ਤੋਂ ਬਾਅਦ ਅੰਮ੍ਰਿਤ ਹੁਣ ਨਹਾਉਣ ਚਲਾ ਗਿਆ ਅਤੇ ਆਪਾਂ ਵਲੋਗ ਨੂੰ ਇੱਥੇ ਹੀ ਐਂਡ ਕਰਦੇ ਹਾਂ, ਕਿਉਂਕਿ ਅਗਰ ਲੇਟ ਵਲੋਗ ਦੀ ਐਂਡਿੰਗ ਕਰਦੇ ਹਾਂ ਤਾਂ ਵੈਦਰ ਬਹੁਤ ਖਰਾਬ ਹੋਇਆ, ਵੀਡੀਓ ਦੀ ਕੁਆਲਿਟੀ ਇੰਨੀ ਸਾਫ਼ ਨਹੀਂ ਆਉਣੀ। ਮੈਨੂੰ ਪਤਾ ਵੀ ਜਿਹੜਾ ਅੱਜ ਦਾ ਸਾਡਾ ਐਨਰਜੀ ਲੈਵਲ ਹੈ ਬਹੁਤ ਡਾਊਨ ਗਿਆ ਹੈ, ਕਿਉਂਕਿ 3 ਦਿਨ ਟਰੈਵਲਿੰਗ ਕਰਨ ਦੇ ਨਾਲ ਬੋਡੀ ਦੇ ਵਿੱਚ ਇੰਨਾ ਸਟੈਮਿਨਾ ਨਹੀਂ ਹੈਗਾ, ਇੰਨਾ ਬੋਡੀ ਸਾਡਾ ਸਾਥ ਨਹੀਂ ਦੇ ਰਹੀ ਵੀ ਅਸੀਂ ਐਨ ਪਾਵਰਫੁਲ ਹੋ ਕੇ ਵੀਡੀਓ ਬਣਾਈਏ। ਬਟ ਕੱਲ੍ਹ ਨੂੰ ਅਸੀਂ ਤੁਹਾਨੂੰ ਉਸੇ ਅੰਦਾਜ਼ 'ਚ ਮਿਲਾਂਗੇ ਜਿੱਦਾਂ ਪੁਰਾਣੇ ਕਿੰਗ ਐਂਡ ਕੁਈਨ ਸੀ, ਪਰ ਉਸੇ ਅੰਦਾਜ਼ 'ਚ ਤੁਹਾਨੂੰ ਮਿਲਾਂਗੇ। ਵੀਡੀਓ ਐਂਡ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਥੋੜ੍ਹੀ ਜਿਹੀਆਂ ਗੱਲਾਂ ਹੋਰ ਕਰਨੀਆਂ ਸੀ। ਉਹ ਗੱਲਾਂ ਇਹ ਆ ਵੀ ਜਿੰਨੀਆਂ ਸਾਡੀਆਂ ਪੁਰਾਣੀਆਂ 3 ਵੀਡੀਓਜ਼ ਉਹਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਪਰ ਉਨਾ ਪਿਆਰ ਨਹੀਂ ਦਿੱਤਾ ਜਿੰਨੀ ਸਾਨੂੰ ਉਮੀਦ ਸੀ। ਅਸੀਂ ਉਸ ਤੋਂ ਥੋੜ੍ਹੇ ਜਿਹਾ ਡਿਸਅਪੁਆਇੰਟ ਹੋਏ ਹਾਂ, ਕਿਉਂਕਿ 20% ਤਾਂ ਲੋਕ ਉਹ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਆ, 80% ਲੋਕ ਉਹ ਆ ਜਿਨ੍ਹਾਂ ਨੇ ਸਾਡੀ ਵੀਡੀਓ ਦੇਖੀ ਆ, ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਅਗਰ ਸਾਨੂੰ ਲੱਗਦਾ ਵੀ ਅਸੀਂ ਪੂਰੀ ਮਿਹਨਤ ਕੀਤੀ ਆ, ਪ੍ਰੋਪਰ ਵਧੀਆ ਤਰੀਕੇ ਨਾਲ ਵੀਡੀਓ ਬਣਾਈਆਂ, ਵਲੌਗ ਬਣਾਏ, ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓਜ਼ ਨੂੰ ਲਾਈਕ ਕਰਿਓ, ਸ਼ੇਅਰ ਵੀ ਕਰਿਓ ਅਤੇ ਸੋਹਣੇ ਸੋਹਣੇ ਕਮੈਂਟਸ ਵੀ ਕਰਿਓ। ਮਿਲਦੇ ਹਾਂ ਕੱਲ੍ਹ ਨੂੰ, ਜਦ ਤੱਕ ਲਈ ਰੱਬ ਰੱਖ।